ਅਧਿਆਪਕ ਯੂਨੀਅਨ ਬਲਾਕ ਗੁਰੂ ਹਰ ਸਹਾਇ ਦੇ ਵਰਕਰਾਂ ਵੱਲੋਂ ਰੋਜ਼ਗਾਰ ਦੀ ਮੰਗ ਨੂੰ ਲੈ ਕੇ ਆਪਣਾ ਰੋਸ ਜ਼ਾਹਰ ਕਰਦਿਆਂ ਹੋਲੀ ਵਾਲੇ ਦਿਨ ਬੇਰੋਜ਼ਗਾਰ ETT ਅਧਿਆਪਕਾਂ ਨੇ ਰੰਗਾਂ ਦੀ ਥਾਂ ਆਪਣੇ ਖੂਨ ਨਾਲ ਰੰਗ ਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਪੁਤਲਾ ਫੂਕ ਕੇ ਰੋਸ ਪ੍ਰਦਰਸ਼ਨ ਕੀਤਾ। ਇਸ ਪੁਤਲਾ ਫੂਕ ਪ੍ਰਦਰਸ਼ਨ ਦੀ ਅਗਵਾਈ ਯੂਨੀਅਨ ਦੇ ਸੂਬਾ ਪ੍ਰਧਾਨ ਦੀਪਕ ਕੰਬੋਜ ਵੱਲੋਂ ਕੀਤੀ ਗਈ। ਇਸ ਮੌਕੇ ਯੂਨੀਅਨ ਦੇ ਆਗੂਆਂ ਵੱਲੋਂ ਖੂਨ ਕੱਢਣ ਲਈ ਆਪਣੇ ਹੀ ਡਾਕਟਰ ਦਾ ਵਿਸ਼ੇਸ਼ ਪ੍ਰਬੰਧ ਕੀਤਾ ਹੋਇਆ ਸੀ। ਗੁਰੂ ਹਰ ਸਹਾਇ ਅੰਦਰ ਬਣੇ ਰੇਲਵੇ ਪਾਰਕ ਵਿੱਚ ਇਕੱਤਰ ਹੋਏ ਬੇਰੋਜ਼ਗਾਰ ਅਧਿਆਪਕਾਂ ਨੇ ਪੰਜਾਬ ਸਰਕਾਰ ਖਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ। ਇਕੱਤਰ ਹੋਏ ਬੇਰੋਜ਼ਗਾਰ ਅਧਿਆਪਕਾਂ ਨੂੰ ਸੰਬੋਧਨ ਕਰਨ ਲਈ ਯੂਨੀਅਨ ਦੇ ਸੂਬਾ ਚੇਅਰਮੈਨ ਲਾਲੀ ਜੀਵਾਂ ਅਰਾਈਂ ਵਿਸ਼ੇਸ਼ ਤੌਰ 'ਤੇ ਪਹੁੰਚੇ, ਜਿਨ੍ਹਾਂ ਨੇ ਪੰਜਾਬ ਦੇ ਮੁੱਖ ਮੰਤਰੀ ਨੂੰ ਕਰੜੇ ਹੱਥੀਂ ਲੈਂਦਿਆਂ ਆਪਣੇ ਸੰਬੋਧਨ ਵਿੱਚ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਬੇਰੋਜ਼ਗਾਰ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਦੇ ਲਾਰੇ ਲਾ ਕੇ ਗੁੰਮਰਾਹ ਕਰਦਿਆਂ ਸੂਬੇ ਵਿੱਚ ਆਪਣੀ ਸਰਕਾਰ ਬਣਾਈ ਹੈ। ਪਰ ਕਰੀਬ ਇੱਕ ਸਾਲ ਸੱਤਾ ਵਿੱਚ ਆਉਣ ਦਾ ਪੂਰਾ ਹੋਣ ਵਾਲਾ ਹੈ, ਪਰ ਅਜੇ ਤੱਕ ਕਿਸੇ ਵੀ ਬੇਰੋਜ਼ਗਾਰ ਨੌਜਵਾਨ ਨੂੰ ਰੋਜ਼ਗਾਰ ਮੁਹੱਈਆ ਨਹੀਂ ਕਰਵਾ ਸਕੇ। ਸੂਬਾ ਪ੍ਰਧਾਨ ਦੀਪਕ ਕੰਬੋਜ ਨੇ ਸੰਬੋਧਨ ਕਰਦਿਆਂ ਕਿਹਾ ਕਿ ਮਾਰਚ ਮਹੀਨੇ ਦੇ ਵਿਧਾਨ ਸਭਾ ਸੈਸ਼ਨ ਦੌਰਾਨ ਟੈਟ ਪਾਸ ETT ਅਧਿਆਪਕਾਂ ਦੀ ਭਰਤੀ ਹਰ ਹਾਲਤ ਵਿੱਚ ਹੋਣੀ ਚਾਹੀਦੀ ਹੈ, ਜਿਸ ਦਾ ਸਰਕਾਰ ਨੂੰ ਖਾਸ ਧਿਆਨ ਰੱਖਣਾ ਚਾਹੀਦਾ ਹੈ। ਉਹਨਾਂ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਸਰਕਾਰ ਨੇ ਮਾਰਚ ਮਹੀਨੇ ਦੇ ਅੰਦਰ ਅੰਦਰ ETT ਟੈਟ ਪਾਸ ਅਧਿਆਪਕਾਂ ਦੀ ਭਰਤੀ ਨਾ ਕੀਤੀ ਤਾਂ ਅਪ੍ਰੈਲ ਮਹੀਨੇ ਵਿੱਚ ਯੂਨੀਅਨ ਵੱਲੋਂ ਠੋਸ ਫੈਸਲਾ ਲੈਂਦਿਆਂ ਪੱਕਾ ਧਰਨਾ ਦੇ ਕੇ ਨਾਲ ਨਾਲ ਕਈ ਗੁਪਤ ਐਕਸ਼ਨ ਕੀਤੇ ਜਾਣਗੇ ਅਤੇ ਯੂਨੀਅਨ ਵੱਲੋਂ ਆਰ ਪਾਰ ਦੀ ਲੜਾਈ ਵਿੱਢੀ ਜਾਏਗੀ, ਜਿਸ ਦੀ ਸਾਰੀ ਜ਼ਿੰਮੇਵਾਰੀ ਸੂਬਾ ਸਰਕਾਰ ਦੀ ਹੋਏਗੀ। ਹਾਂਜੀ, ਕੀ ਨਾਮ ਹੈ ਤੁਹਾਡਾ? ਮੇਰਾ ਨਾਮ ਦੀਪਕ ਕੁਮਾਰ ਕੰਬੋਜ, ਸੂਬਾ ਪ੍ਰਧਾਨ ETT ਟੈਟ ਪਾਸ ਯੂਨੀਅਨ ਪੰਜਾਬ। ਅਸੀਂ ਸਰਕਾਰ ਦੇ ਕੋਲ, ਅਸੀਂ ਸਾਡਾ ਟੈਟ ਪਾਸ 2016 ਦੇ ਵਿੱਚ ਜਿਹੜਾ ਕਿ ਪਾਸ ਹੋਇਆ ਹੈ, ਅਸੀਂ ਇਸ ਤੋਂ ਪਹਿਲਾਂ ਵੀ ਦੀਨਾ ਨਗਰ ਦੇ ਵਿੱਚ ਜਿਹੜਾ ਕਿ ਟੈਂਕੀ ਦੇ ਉੱਪਰ ਚੜ੍ਹ ਕੇ ਪ੍ਰਦਰਸ਼ਨ ਕੀਤਾ ਸੀਗਾ, ਪਰ ਸਾਡੇ ਨਾਲ ਕੋਈ ਵੀ ਕਿਸੇ ਤਰ੍ਹਾਂ ਦੇ ਕੋਈ ਬੈਠ ਕੇ ਮੀਟਿੰਗ ਨਹੀਂ ਕੀਤੀ ਗਈ। ਅੱਜ ਦਾ ਦਿਨ ਜਿਹੜਾ ਕਿ ਹੋਲੀ ਵਾਲੇ ਦਿਨ ਅਸੀਂ ਇਹ ਦਿਨ ਚੁਣਿਆ ਸੀਗਾ, ਜੋ ਕਿ ਲੋਕ ਖੁਸ਼ੀਆਂ ਨਾਲ ਹੋਲੀ ਦੇ ਰੰਗ ਨਾਲ ਹੋਲੀ ਮਨਾਉਂਦੇ ਹਨ, ਪਰ ਸਾਡੇ 'ਚ ਰੋਸ ਹੈ ਕਿ ਖੂਨ ਪੀਣੀ ਸਰਕਾਰ, ਕੈਪਟਨ ਸਰਕਾਰ ਨੇ ਜਿਹੜੇ ਵਾਅਦੇ ਕੀਤੇ ਹਨ, ਜਿਹੜੇ ਕਿ ਘਰ ਘਰ ਨੌਕਰੀ ਵਾਲੇ, ਉਹ ਸਰਕਾਰ ਉਹਨਾਂ ਕੰਮਾਂ ਤੋਂ ਰੁਜ਼ਗਾਰ ਤੋਂ ਦੇਣ ਤੋਂ ਨਿਕੰਮੀ ਹੋ ਰਹੀ ਹੈ। ਇਸ ਕਰਕੇ ਅਸੀਂ ਆਪਣਾ ਖੂਨ ਕੱਢ ਕੇ ਇਹ ਖੂਨ ਪੀਣੀ ਸਰਕਾਰ ਦੇ ਉੱਪਰ ਡੋਲ ਕੇ ਅਸੀਂ ਆਪਣਾ ਜਿਹੜਾ ਕਿ ਰੋਸ ਜਿਹੜਾ ਜ਼ਾਹਿਰ ਕੀਤਾ ਹੈ। ਇਸ ਕਰਕੇ ਸਰਕਾਰ ਕੋਲੋਂ ਅਸੀਂ ਮੰਗ ਕਰਦੇ ਹਾਂ ਕਿ ਆਉਣ ਵਾਲੇ ਜਿਹੜੇ ਸੈਸ਼ਨ ਉਸ ਦੇ ਵਿੱਚ ਕੈਬਨਿਟ ਮੀਟਿੰਗ ਦੇ ਵਿੱਚ ਜਿਹੜੇ ਕਿ ETT ਟੈਟ ਪਾਸ ਦੀਆਂ ਜਿਹੜੇ ਕਿ ਪੋਸਟਾਂ 3500 ਦੇ ਕਰੀਬ ਉਹ ਜਲਦੀ ਜਲਦੀ ਅਨਾਊਂਸ ਕੀਤੀਆਂ ਜਾਣ। ਜੇਕਰ ਇਹ ਅਨਾਊਂਸ ਨਾ ਕੀਤੀਆਂ ਗਈਆਂ ਤਾਂ ਅਪ੍ਰੈਲ ਦੇ ਵਿੱਚ ਅਸੀਂ ਗੁਪਤ ਐਕਸ਼ਨ ਕਰਾਂਗੇ ਅਤੇ ਆਪਣਾ ਰੋਸ ਮਾਰਚ ਕਰਕੇ ਆਪਣਾ ਧਰਨਾ, ਗੁਪਤ ਧਰਨਾ ਲਾਇਆ ਜਾਏਗਾ। ਸਰਕਾਰ ਆਉਣ ਤੋਂ ਬਾਅਦ ਜਿਹੜਾ ਘਰ ਘਰ ਰੁਜ਼ਗਾਰ ਦੇਵਾਂਗੇ, ਪਰ ਸਾਲ 2016 ਤੋਂ ਕਰੀਬ 3500 ਦੇ ਜਿਹੜਾ ਉਹ ETT ਟੈਟ ਪਾਸ ਜਿਹੜੇ ਬੇਰੁਜ਼ਗਾਰ ਨੌਜਵਾਨ ਹੈਗੇ ਆ, ਪਰ ਅਸੀਂ ਕਈ ਵਾਰੀ ਮੰਗ ਕਰ ਚੁੱਕੇ ਹਾਂ, ਪਰ ਅਜੇ ਤੱਕ ਉਹਨਾਂ ਦੀਆਂ ਪੋਸਟਾਂ ਨੇ ਜਿਹੜੀਆਂ ਖਾਲੀ ਪਈਆਂ ਨੇ। ਅਸੀਂ ਗੌਰਮੈਂਟ ਤੋਂ ਮੰਗ ਕਰਦੇ ਹਾਂ ਕਿ ਸੈਸ਼ਨ ਮਾਰਚ ਜੋ ਵਿਧਾਨ ਸਭਾ ਦਾ ਚੱਲ ਰਿਹਾ ਹੈ, ਉਹਦੇ ਵਿੱਚ ਇਹ ਪੋਸਟਾਂ ਮਾਰਚ ਮਹੀਨੇ ਦੇ ਵਿੱਚ ਕੱਢ ਕੇ ਉਹਨਾਂ ਦੀ ਪੂਰਤੀ ਕੀਤੀ ਜਾਵੇ ਔਰ ਜਿਹੜਾ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਦਿੱਤਾ ਜਾਵੇ। ਜੇਕਰ ਤੁਹਾਡੀਆਂ ਇਹ ਮੰਗ ਕੋਈ ਸਰਕਾਰ ਪੂਰੀ ਨਹੀਂ ਕਰਦੀ, ਤੁਹਾਡਾ ਕਿਸ ਤਰ੍ਹਾਂ ਦਾ ਅੱਗੇ ਪ੍ਰੋਟੈਸਟ ਹੋਵੇਗਾ? ਅਸੀਂ ਰੋਸ ਵਜੋਂ ਅੱਜ ਜਿਹੜਾ ਟੈਟ ਪਾਸ ਅਧਿਆਪਕ ਨੇ, ਉਹਨਾਂ ਨੇ ਆਪਦਾ ਖੂਨ ਕੱਢ ਕੇ ਜਿਹੜਾ ਪੁਤਲਾ ਸਾੜਿਆ ਹੈ ਔਰ ਅੱਗੇ ਪੂਰਾ ਮਹੀਨਾ ਅਸੀਂ ਇਹ ਜਿਹੜੇ ਪੁਤਲੇ ਫੂਕਾਂਗੇ। ਜੇਕਰ ਮਾਰਚ ਅੱਧ ਤੱਕ ਇਹਦੇ 'ਤੇ ਕੋਈ ਗੌਰ ਨਹੀਂ ਕੀਤਾ ਜਾਂਦਾ ਤਾਂ ਅਪ੍ਰੈਲ ਮਹੀਨੇ ਵਿੱਚ ਪੱਕਾ ਧਰਨਾ ਲਾ ਕੇ ਅਸੀਂ ਗੁਪਤ ਐਕਸ਼ਨ ਕਰਦੇ ਹਾਂ, ਸਰਕਾਰ ਦੇ ਨੱਕ 'ਚ ਦਮ ਕਰ ਦਿਆਂਗੇ। ਅੱਜ ਖੂਨ ਇਹਨਾਂ ਸਸਤਾ ਹੋ ਗਿਆ ਕਿ ਤੁਹਾਨੂੰ ਖੱਤ ਲਿਖਣਾ ਪਿਆ? ਇਹ ਜੀ ਮਜਬੂਰੀ ਹੈ,
ਗੂੰਗੀਆਂ ਬੋਲੀਆਂ ਸਰਕਾਰਾਂ ਨੇ ਜਿਹੜੀਆਂ ਸਾਡੀ ਆਵਾਜ਼ ਪ੍ਰਦਰਸ਼ਨ ਨਾਲ ਨਹੀਂ ਸੁਣ ਰਹੀਆਂ ਔਰ ਸਾਨੂੰ ਮਜਬੂਰ ਹੋਣਾ ਪਿਆ ਆਉਣ ਵਾਲੇ ਸਮੇਂ 'ਚ ਜੇ ਸਾਨੂੰ ਟੈਂਕੀਆਂ 'ਤੇ ਚੜ੍ਹ ਕੇ ਉੱਥੇ ਛਾਲਾਂ ਮਾਰਨ ਤੱਕ ਦੀ ਗੱਲ ਆਈ ਤਾਂ ਅਸੀਂ ਗੁਰੇਜ਼ ਨਹੀਂ ਕਰਾਂਗੇ ਸਾਡੀ ਆਰ ਪਾਰ ਦੀ ਲੜਾਈ। ਤੁਸੀਂ ਅੱਜ ਦਿਨ ਕਿਉਂ ਚੁਣਿਆ, ਅੱਜ ਹੋਲੀ ਦਾ ਦਿਨ ਹੈ, ਕਿਉਂ ਦਿਨ ਚੁਣਿਆ? ਕਿਉਂਕਿ ਹੋਲੀ ਵਾਲੇ ਦਿਨ ਸਾਰੇ ਖੁਸ਼ੀਆਂ ਮਨਾਉਂਦੇ ਹੈ, ਰੰਗ ਲਾ ਕੇ ਇੱਕ ਦੂਜੇ ਨੂੰ ਵਧਾਈਆਂ ਦਿੰਦੇ ਆ, ਪਰ ਸਾਡੇ ਘਰਾਂ 'ਚ ਰੁਜ਼ਗਾਰ ਨਾ ਹੋਣ ਕਾਰਨ ਅਸੀਂ ਸਰਕਾਰ ਨੂੰ ਇਹ ਸਭ ਕੁਝ ਕਰਨ ਲਈ ਖੂਨ ਦੀ ਹੋਲੀ ਖੇਡਣ ਲਈ ਮਜਬੂਰ ਹੈ। ਫਿਰੋਜ਼ਪੁਰ ਤੋਂ ਗੁਰਮੇਜ ਸਿੰਘ ਦੀ ਰਿਪੋਰਟ, ਏਟੀਵੀ ਨਿਊਜ਼। ਲੇਟੈਸਟ ਨਿਊਜ਼ ਸਭ ਤੋਂ ਪਹਿਲਾਂ ਆਪਣੇ ਫੋਨ 'ਤੇ ਵੇਖਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ ਅਤੇ ਨੋਟੀਫਿਕੇਸ਼ਨ ਲਈ ਬੈੱਲ ਆਈਕਨ ਜ਼ਰੂਰ ਦਬਾਓ।